ਰਜਿੰਦਰ ਸਿੰਘ ਬਾਜਵਾ ਨੇ ਪੱਤਰਕਾਰ ਨਾਲ ਹੁਸ਼ਿਆਰਪੁਰ 'ਚ ਗੱਲ ਕਰਦੇ ਹੋਏ ਕਿਹਾ ਕਿ ਪੰਚਾਇਤਾਂ 'ਚ ਕੁਝ ਗਲਤ ਨਹੀਂ ਹੋ ਰਿਹਾ ਜਿਸ ਨੂੰ ਠੀਕ ਕਰਨਾ ਜ਼ਰੂਰੀ ਸੀ। ਉੱਥੇ ਪੰਚਾਇਤਾਂ ਦੇ ਫੰਡਾਂ 'ਚ ਪਿਛਲੀ ਸਰਕਾਰ ਵੱਲੋਂ ਹੇਰਾਫੇਰੀ ਹੋਈ ਸੀ, ਇਸ ਲਈ ਪੰਚਾਇਤਾਂ ਨੂੰ ਅਤੇ ਹੋਰ ਫੰਡ ਦੇਣ ਦੀ ਜ਼ਰੂਰਤ ਨਹੀਂ ਹੈ। ਉੱਥੇ ਉਹਨਾਂ ਨੇ ਕੈਂਡੀ ਕਨਾਲ ਯੋਜਨਾ 'ਤੇ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਨੇ ਸਿੱਧੂ ਮਾਮਲੇ 'ਤੇ ਗੱਲ ਕਰਦੇ ਹੋਏ ਕਿਹਾ ਕਿ ਮੇਅਰ ਦਾ ਚੋਣ ਰਾਹੁਲ ਗਾਂਧੀ ਵੱਲੋਂ ਕੀਤਾ ਗਿਆ ਹੈ। ਪੰਚਾਇਤਾਂ ਨੂੰ ਫੰਡ ਬੜੇ ਵਧੀਆ ਤਰੀਕੇ ਨਾਲ ਆਉਣਗੇ। ਪੰਚਾਇਤਾਂ ਦਾ ਢਾਂਚਾ ਕੁਝ ਬੜਾ ਠੀਕ ਕਰਨ ਵਾਲਾ ਸੀ। ਜਿਹੜੇ ਪਿਛਲੇ ਫੰਡਸ ਗਏ ਸਨ ਉਹਨਾਂ ਦੀਆਂ ਸ਼ਿਕਾਇਤਾਂ ਬਹੁਤ ਸਨ ਵੀ ਉਹਨਾਂ 'ਚ ਬੜੀ ਬੰਗਲਿੰਗ ਹੋਈ ਆ, ਹੇਰਾਫੇਰੀ ਹੋਈ ਆ। ਉਹਨਾਂ ਦੀਆਂ ਇਨਕੁਆਇਰੀਆਂ ਚੱਲਦੀਆਂ, ਜਿੱਥੇ ਇਨਕੁਆਇਰੀਆਂ ਸਾਰੇ ਰੌਲਾ ਗੌਲਾ ਉੱਥੇ ਹੋਰ ਫੰਡ ਦੇਣ ਦੀ ਕੋਈ ਲੋੜ ਨਹੀਂ। ਸੋ ਜੂੰਝ ਸਮਾਂ ਚੱਲੇਗਾ, ਫੰਡਸ ਬੜੇ ਵਧੀਆ ਤਰੀਕੇ ਨਾਲ ਆਉਣਗੇ, ਕੋਈ ਡਿਫਰੈਂਸ ਨਹੀਂ ਪੈ ਰਿਹਾ। ਮੈਂ ਦੱਸਿਆ ਸਾਡੇ ਸਤਿਕਾਰਯੋਗ ਨੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਤਾਂ ਮੇਅਰ ਦਾ ਫੈਸਲਾ ਰਾਹੁਲ ਜੀ ਦੇ ਦਿੱਲੀ ਲੈਵਲ 'ਤੇ ਹੋਇਆ, ਮੇਰੇ ਲੈਵਲ 'ਤੇ ਹੋਇਆ। ਹਾਂਜੀ, ਕੀ ਆਖਿਆ ਜੀ? ਪ੍ਰੈਸ ਕਾਨਫਰੰਸ ਮੇਂ ਹਾਂ ਹਾਂ ਨਹੀਂ, ਕੋਈ ਇਹੋ ਜਿਹੀ ਖਾਸ ਗੱਲ ਨਹੀਂ ਆਖੀ ਪ੍ਰੈਸ 'ਚ, ਇਹੋ ਜਿਹਾ ਕੋਈ ਮਸਲਾ ਨਹੀਂ। ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਾ ਦੀ ਰਿਪੋਰਟ, ਚੈਨਲ 2।